ਓਏ ਆਪੀ ਤੁਹਾਡੀ ਮਿਹਰਬਾਨੀ ਥੱਲੇ ਉਤਰੋ, ਕੀ ਹੋ ਗਿਆ? ਮੈਨੂੰ ਨਾ ਲਾਓ, ਮੇਰੀ ਗੱਲ ਤਾਂ ਸੁਣੋ। ਹੋਇਆ ਕੀ ਹੈ ਆਪੀ? ਆਪੀ ਗੱਲ ਤਾਂ ਸੁਣੋ, ਆਪੀ ਮੇਰੀ ਗੱਲ ਸੁਣੋ। ਆਪੀ ਬੋਲ ਨਹੀਂ ਰਹੀ, ਇਹ ਆਪੀ ਚੱਕਰ ਆ ਗਿਆ ਨਾ। ਬਟ ਖਾਓ ਨਾ ਸ਼ੀਸ਼ਾ, ਬਟ ਵੱਡੇ ਬਟ ਮੁਰਗੀ ਦੇ ਬਟ। ਮੇਰਾ ਨਹੀਂ ਦਿਲ ਸੀ, ਮੈਂ ਵੀ ਤੁਹਾਡੇ ਵਾਂਗੂ ਇੰਜ ਰੋਟੀ ਪਾਣੀ ਛੱਡਦਾ ਸੀ। ਫੇਰ ਫੇਰ ਕੀ ਮਰਨ ਗਈ ਐ, ਨੇ ਕੰਜਰ ਨੇ ਬਚਾ ਲਿਆ। ਦੇਖੀ ਜੇ ਤੂੰ ਜਦੀ ਜਦੀ ਕਰੋ, ਮੈਂ ਪੁੱਲ ਤੇ ਚੜ ਕੇ ਮਰਾਂਗੀ, ਪੁੱਲ ਤੇ ਚਾੜ ਕੇ ਮਰਵਾਵਾਂਗੇ। ਫੇਰ ਰੋਟੀ ਭਾਜੀ ਖੁਦ ਕੁਛ ਕਰਨ ਲੱਗੇ। ਖੁਦ ਕੁਛ ਕਰਨ ਲੱਗੇ ਕਿੱਥੇ ਗਏ ਨੇ? ਉਹ ਗੱਡੀ ਚ। ਓਏ ਹੈਲੋ ਭਾਜੀ, ਲੋ ਮੇਰੀ ਗੱਲ ਸੁਣ। ਓਏ ਓਏ ਮੇਰੀ ਗੱਲ ਸੁਣ ਮੈਡਮ ਸ਼ੀਜ਼ਾ। ਮੈਡਮ ਸ਼ੀਜ਼ਾ ਲਾ ਜੀ, ਡਰਦੇ ਕਿਉਂ ਨਹੀਂ ਬਚਣਾ ਤੂੰ? ਓਏ ਗੱਡੀ ਨੇ ਰੋਕੋ, ਮੈਡਮ ਸ਼ੀਜ਼ਾ ਕੀ ਕਰਦੇ ਪਏ ਤੁਸੀਂ? ਉਹ ਰੱਖੇ ਤਾਂ ਗੈਰਾ ਕਰਦੇ, ਮੈਨੂੰ ਗੱਡੀ ਨੀ ਚਲਾਉਣੀ। ਅੰਦਰੋਂ ਬਾਹਰ ਉਹ ਰੱਖੇ ਤੇ ਬਾਪੂ ਜੀ ਦਾ ਬਾਹਰ ਆਓ, ਉਹ ਲਾਓ ਥੱਲੇ ਯਾਰ। ਮੇਰੀ ਗੱਲ ਤਾਂ ਸੁਣੋ ਆਪੀ ਸ਼ੀਜ਼ਾ, ਮਰ ਕੇ ਤੇ ਮਿਲੇ, ਕੋਈ ਪੇਮੈਂਟ ਨੀ ਦਿੰਦਾ ਕੋਈ? ਰੱਖੇ ਤੇ ਚਲੋ ਆਇਓ, ਚੱਲ ਭਾਈ ਰੱਖਿਆ ਡੋਰ ਮਾਰ ਕੇ ਇੱਕ ਯਾਰ। ਮੇਰੀ ਗੱਲ ਤਾਂ ਸੁਣੋ ਆਪੀ ਸ਼ੀਜ਼ਾ, ਆਪੀ ਸ਼ੀਜ਼ਾ ਤੁਹਾਡੀ ਮਿਹਰਬਾਨੀ ਥੱਲੇ ਆਈ, ਮੈਨੂੰ ਐਂ ਦੱਸੋ ਉੱਪਰੋਂ ਤੁਹਾਡੀ ਯਾਰ, ਮੈਨੂੰ ਦੱਸੋ ਉਹਦੇ ਚ ਕੀ ਰੱਖਿਆ, ਮੈਨੂੰ ਐਂ ਦੱਸੋ। ਸਾਰੀ ਦੁਨੀਆ ਵੇਖ ਰਹੀ ਹੈ ਮੈਨੂੰ, ਤੁਸੀਂ ਮਰਨ ਦਿਓ। ਪੈਸੇ ਆਪੀ ਤੁਹਾਡੀ ਮਿਹਰਬਾਨੀ ਥੱਲੇ ਉਤਰੋ, ਕੀ ਹੋ ਗਿਆ? ਮੈਨੂੰ ਨਾ ਲਾਓ, ਮੇਰੀ ਗੱਲ ਤਾਂ ਸੁਣੋ। ਹੋਇਆ ਕੀ ਹੈ ਆਪੀ? ਆਪੀ ਗੱਲ ਤਾਂ ਸੁਣੋ, ਆਪੀ ਮੇਰੀ ਗੱਲ ਸੁਣੋ। ਆਪੀ ਬੋਲ ਨਹੀਂ ਰਹੀ, ਆਪੀ ਚੱਕਰ ਆ ਗਿਆ ਨਾ। ਆਪੀ ਥੱਲੇ ਆਇਓ, ਆਪੀ 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 ਥੱਲੇ ਆਇਓ। ਨਹੀਂ ਨਹੀਂ ਆਪੀ ਮੇਰੀ ਗੱਲ ਸੁਣੋ, ਆਪੀ ਕੁਛ ਨੀ ਹੁੰਦਾ, ਆਪੀ ਕੁਛ ਨੀ ਹੁੰਦਾ, ਮੈਂ ਨੀ ਤੁਹਾਨੂੰ ਕਹਿਣਾ ਪਿਆ। ਬਾਂਦਰ ਰੱਖਿਆ, ਚਲੋ ਤੁਹਾਡੇ ਮਰਜ਼ੀ। ਘੋੜੇ ਦਾ ਨਾ ਮਰਜ਼ੀ, ਮੇਰੀ ਗੱਲ ਸੁਣੋ, ਕੁਛ ਨੀ ਹੁੰਦਾ, ਮੈਂ ਤੁਹਾਡੇ ਨਾਲ ਆਪੀ, ਤੁਸੀਂ ਪਰੇਸ਼ਾਨ ਨਾ ਹੋ। ਦੇਖੋ ਦੁਨੀਆ ਵੇਖਣ ਦੀ, ਲੋਕੀ ਕੀ ਕਹਿਣਗੇ? ਆਪੇ ਕੁਛ ਨੀ ਹੁੰਦਾ, ਯਕੀਨ ਕਰੋ, ਪਰ ਤੁਸੀਂ ਕਹਿੰਦੇ ਆਪੀ ਪਰੇਸ਼ਾਨ। ਮੇਰੀ ਗੱਲ ਸੁਣ ਕੇ ਜਾ ਤੁਸੀਂ ਵੀ, ਆਪੀ ਮੇਰੀ ਗੱਲ ਸੁਣੋ, ਪਰੇਸ਼ਾਨ ਨਾ ਹੋਵੋ, ਅਸੀਂ ਤੁਹਾਡੇ ਨਾਲ ਹੈਗੇ। ਇੱਕ ਵਾਰੀ ਗੱਡੀ 'ਚ ਬੈਠੋ, ਉੱਥੇ ਬੈਠ ਕੇ ਗੱਲ ਕਰਨੇ ਆ, ਨਾਲ ਖਾਂਦੇ ਆ, ਨਾਲ ਉਹਨੂੰ ਤਸਵੀਰ ਮਜ਼ਾਕ ਬਣਾ ਰਹੇ ਆ ਉੱਥੇ। ਤੇਰਾ ਮਤਲਬ ਮੈਂ ਰੋਟੀ ਖਾ ਕੇ ਮਰਾਂ? ਨਹੀਂ ਨਹੀਂ ਰੋਟੀ ਨਹੀਂ ਖਾਣੀ, ਤੁਸੀਂ ਨਾ ਖਾਣਾ, ਸਾਨੂੰ ਵੇਚਦੇ ਰਹਿਣਾ ਉੱਥੇ।
ਤੁਸੀਂ ਗਲਤ ਸਮਝ ਰਹੇ ਹੋ। ਇੱਥੇ ਬੈਠੋ, ਇੱਥੇ ਬੈਠੋ ਪਾਇਲ, ਤੁਹਾਡੀ ਮਿਹਰਬਾਨੀ, ਹੁਣ ਗੱਡੀ ਤੇਜ਼ ਨਾ ਚਲਾ ਕੇ, ਮੈਂ ਖਵਾਉਣਾ। ਬੈਠੋ ਤੁਸੀਂ, ਬੈਠੋ 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 ਤੁਸੀਂ ਮਜ਼ਾਕ ਪਰਾਠਿਆਂ ਨੇ ਮੈਨੂੰ ਪੁੱਛੋ, ਮੈਂ ਤੁਹਾਨੂੰ ਪੁੱਛੀ ਜਾ ਰਹੀ ਕੁਛ ਨੀ ਹੁੰਦਾ। ਮੈਂ ਜੋ ਕਹਿ ਰਿਹਾ ਆਓ, ਕੁਛ ਨੀ ਹੁੰਦਾ, ਆਜੋ ਆਜੋ ਆਜੋ। ਸਾਰੀ ਦੁਨੀਆ ਵੇਖਦੀ ਠਹਿਰ ਜਾ, ਮਾਸਕ ਲਾ। ਕੋਈ ਗੱਲ ਨੀ, ਕੋਈ ਗੱਲ ਨੀ, ਮਰਨਾ ਤੇ ਹੈ ਹੀ ਹੈ, ਕੋਈ ਗੱਲ ਨੀ। ਕੀ ਖਵਾਏਗਾ? ਜੋ ਤੁਸੀਂ ਕਹੋ। ਆਓ ਇੱਧਰ ਆਓ, ਇੱਧਰ ਆਓ, ਚਲੋ ਆਜੋ ਆਜੋ। ਮੇਰਾ ਦਿਲ ਨੀ ਕਰਦਾ ਖਾਣ ਨੂੰ। ਕੋਈ ਗੱਲ ਨੀ, ਤੁਸੀਂ ਨਾ ਖਾਣਾ, ਤੁਸੀਂ ਵੇਖਦੇ ਰਹਿਣਾ। ਤੂੰ ਤੇ ਮੇਰੇ ਕੁੱਪ ਚ ਕਿੱਥੇ ਲੈ ਕੇ ਜਾ ਰਿਹਾ? ਮੇਰੇ ਕੁੱਪ ਚ ਨਾ, ਉੱਤੇ ਫੈਮਲੀ ਆ ਲੇਗਾ, ਉੱਤੋਂ ਛਲਾਂਗ ਮਾਰ ਲਾਂਗੀ। ਹੈਂ? ਉੱਤੋਂ ਮੈਂ ਕੋਸ਼ਿਸ਼ ਕਰਾਂਗਾ, ਮੈਂ ਵੇਖਾਂਗਾ ਨਾ ਜ਼ਾਵੀਆ ਕਿੰਨਾ ਕੁ ਹੈਗਾ, ਉਸ ਹਿਸਾਬ ਦੀ ਛਾਲ ਮਾਰ ਲੈਣਾ ਇਹਨਾਂ ਨੂੰ। ਠੱਪਾ ਲਾ ਕੇ ਉੱਤੇ ਆਇਓ ਤੁਸੀਂ। ਤੂੰ ਭਾਈ ਆਪਣੇ ਬੰਦੇ ਤੇ ਨਹੀਂ ਬਿਠਾਇਆ ਹੋਇਆ? ਅੱਲਾ ਮਾਰ, ਤੁਹਾਨੂੰ ਪਤਾ ਮੈਂ ਇਹੋ ਜਿਹਾ ਹੈਗਾ। ਆਪੀ ਤੁਹਾਡੀ ਮਿਹਰਬਾਨੀ, ਰੋਟੀ ਖਾ ਲਓ। ਮੈਂ ਨਹੀਂ ਖਾਣੀ। ਦੇਖੋ ਸਾਰੇ ਮਹਿਮਾਨ ਤਾਂ ਵੇਖ ਰਹੇ ਨੇ, ਕਹਿ ਰਹੇ ਨੇ ਕਿਉਂ ਨਾਰਾਜ਼? ਮੈਂ ਵੀ ਨਹੀਂ ਮੈਡਮ ਜੀ ਖਾਣੀ ਨੇ, ਜੇ ਤੁਸੀਂ ਨਾ। ਮੈਂ ਨਹੀਂ ਖਾਣੀ, ਥੋੜੀ ਨਹੀਂ, ਥੋੜੀ ਨਹੀਂ। ਨਹੀਂ ਨਹੀਂ ਮੈਂ ਖਾਣੀ ਨਹੀਂ, ਤੁਸੀਂ ਇੰਨੀ ਬਿਰਿਆਨੀ ਪਾਤੀ, ਮੈਂ ਮਰਨਾ ਹੈ। ਬਾਰਬੀ ਖੁੱਲ੍ਹ ਲਓ ਨਾ, ਦੇਖੋ ਤੁਹਾਡੇ ਬਾਰਬੀ ਖੁੱਲ੍ਹ ਲਓ, ਅੱਟ ਖਾ ਕੇ ਅੰਦਰ ਮੇਰੇ ਪੱਟ ਵੱਡੇ ਹੋ ਜਾਣਗੇ। ਬੱਟ ਖਾਓ ਨਾ, ਸ਼ੀਸ਼ਾ ਬੱਟ, ਵੱਡੇ ਪੱਟ, ਮੁਰਗੀ ਦੇ ਬੱਟ। ਮੇਰਾ ਨਹੀਂ ਦਿਲ ਕਰ ਰਿਹਾ ਖਾਣ। ਤੁਹਾਡੀ ਮਿਹਰਬਾਨੀ, ਇਸ ਤਰ੍ਹਾਂ ਨਾ ਕਰੋ ਮਹਿਮਾਨ। ਤੈਨੂੰ ਪਤਾ ਨਾ ਮੇਰੇ ਨਾਲ ਧੋਖਾ ਕੀਤਾ? ਮੈਨੂੰ ਪਤਾ, ਬੰਦੇ ਹੁੰਦੇ ਧੋਖੇ ਬਾਅਦ ਕਿਉਂ ਪਰੇਸ਼ਾਨ ਹੋ ਰਹੇ? ਐਨੋ ਧੋਖੇ ਮੈਂ ਤਸਰੀਫ ਬਾਅਦ ਚ ਵੇਖਿਆ ਕੀ ਸੀ? ਵੇਖਿਆ ਕਿਸੇ ਸਟਾਰ ਨਾਲ ਵਿਆਹ ਨਹੀਂ ਕਰਾਣਾ। ਨਹੀਂ ਕਰਾਵਾਂਗੀ, ਕਿਸੇ ਲੰਗੜੇ ਨਾਲ ਵਿਆਹ ਕਰਾ ਲਓ। ਹਾਂ, ਤੁਸੀਂ ਦੋ ਕਿਲੋ ਟੋਟਲ ਪੀਓ, ਦੋ ਕਿਲੋ ਪੀਓ, ਦੋ ਦਿਨ ਚਲ ਗਏ ਖਾਓ। ਕੋਈ ਇੱਕ ਤਾਂ ਪੱਟ ਖਾਓ ਨਾ। ਤੁਹਾਡੀ ਮਿਹਰਬਾਨੀ ਆਪੀ, ਹੈਲੋ, ਐ ਖਾਓ ਨਾ। ਨਹੀਂ ਨਹੀਂ, ਤੂੰ ਹੀ ਚਟਨੀ ਪੀ ਜੀ। ਚਲੋ ਠੀਕ ਹੈ, ਤੇ ਕੋਈ ਨਹੀਂ, ਮੈਂ ਮਰਨਾ ਚਾਹ ਰਹੀ ਤੇ ਸਾਰੀ ਫੈਮਿਲੀ ਬੈਠੀ, ਮੈਨੂੰ ਕੀ ਕਹੇਗੀ? ਤੁਸੀਂ ਮਰਨਾ ਨਾ, ਸੈਪਰੇਟ ਹੋ ਕੇ ਮਰਨਾ, ਮੈਂ ਤੁਹਾਨੂੰ ਉੱਤੇ ਲੈ ਕੇ ਜਾਣਾ ਵਾ। ਤੁਸੀਂ ਮੇਰੀ ਰੋਟੀ ਖਾ ਲਓ ਨਾ, ਇਸ ਤਰ੍ਹਾਂ ਮਰਨ ਵਾਲੇ ਦੀ ਰੂਹ ਨੂੰ ਸਵਾਬ ਨਹੀਂ ਪਹੁੰਚਦਾ। ਕਦੀ ਕਿਸੇ ਨਾਲ ਪਿਆਰ ਕੀਤਾ? ਮੈਂ ਨਹੀਂ ਪਿਆਰ ਤੇ ਨਹੀਂ ਕੀਤਾ। ਸੱਚੀ ਦੱਸੀ ਤਾਂ ਤੇਰੀ ਜਵਾਨੀ ਦੀ ਕਸਮ ਹੈ। ਹਾਂ ਕੀਤਾ ਸੀ, ਮੈਂ ਵੀ ਤੁਹਾਡੇ ਵਾਂਗੂ ਇੰਜ ਰੋਟੀ ਪਾਣੀ ਛੱਡਦਾ ਸੀ। ਫੇਰ ਕੀ, ਮਰਨ ਗਈ ਐ ਤੇ ਕੰਜਰ ਨੇ ਬਚਾ ਲਿਆ। ਆਪਣੇ ਸਟਾਰਾਂ ਨਾਲ ਨਾ ਗੈਰ ਬੰਦੇ ਸਹੀ ਰਹਿੰਦੇ ਨੇ, ਹਿਫਾਜ਼ਤ ਕਰ ਲੈਂਦੇ ਨੇ। ਅੱਲਾ ਦੇ ਸ਼ੁਕਰ, ਇਹਨਾਂ ਨੂੰ ਮੈਂ ਬਾਲੜੇ ਨਹੀਂ ਜਿਹੜੇ ਰਾਵੀ ਚ ਛਾਲ ਮਾਰ ਦਿੱਤੀ ਸੀ, ਤੇ ਸਾਰਾ ਪਾਣੀ ਹੈ ਹੀ ਨਹੀਂ ਸੀ ਉੱਤੇ। ਓਏ ਹੋਏ, ਉਹ ਮੈਂ ਜਦੋਂ ਸਲਾਮ ਮਾਰ ਲੱਗੀ ਨਾ, ਹਾਂ ਤੇ ਮੈਨੂੰ ਡਰ ਲੱਗਿਆ, ਪੁੱਲ ਹਿਲਿਆ। ਇਹਨਾਂ ਨੇ ਉੱਥੇ ਡੁੱਬਣਾ ਨੀ ਸੀ, ਜੰਮ ਕੇ ਖਲੋਤਾ ਰਹਿਣਾ ਸੀ ਮਿੱਟੀ ਚ। ਸਹੀ ਗੱਲ ਹੈਗੀ, ਤੁਸੀਂ ਨਾ ਖਾਓ ਤੇ ਮੈਂ ਤੁਹਾਨੂੰ ਛੱਤ ਤੇ ਲੈ ਕੇ ਜਾਣਾ, ਬੜਾ ਅੱਛਾ ਐਟਮੋਸਫੇਅਰ ਮਰਨ ਵਾਸਤੇ। ਤੁਸੀਂ ਮੈਨੂੰ ਖਰਚਾ ਖੁਰਚਾ ਦੇਣੀ ਵੀ ਕਿ ਨਹੀਂ? ਹਾਂ ਸਾਰਾ, ਮੇਰੇ ਸਾਰੇ ਪੈਸੇ ਅੰਮੀ ਕੋਲ ਹੁੰਦੇ ਨੇ। ਮੈਨੂੰ ਤਾਂ ਲੱਗਦਾ ਸਾਰਾ ਮੇਕਅਪ ਖਰੀਦ ਲੈਂਦੀ ਹੈ। ਓਏ ਬੜੀ ਤੇਜ਼ ਹੈਗੀ ਹੈ, ਅਨੇ ਕੀ ਗਰੂ ਮੇਕਅਪ ਬੱਲਿਓ ਨਹੀਂ ਨਾ ਲੈਂਦੀ। ਹਾਂ ਇਹ ਗੱਲ ਕਰੀ, ਤਾਂ ਕਦੀ ਕਿਸੇ ਪ੍ਰੋਡਿਊਸਰ ਨਾਲ ਵਿਆਹ ਕਰਨਾ, ਨਾ ਤੂੰ ਕਿਸੇ ਐਕਟਰ ਨਾਲ ਵਿਆਹ ਕਰ। ਓਕੇ ਓਕੇ, ਇੱਕ ਵਾਰੀ ਤਸਲੀਮ ਬਾਸ ਲੱਭ ਜਾ ਦੋ ਸਾਨੂੰ, ਕਿ ਮੈਂ ਮਰਨਾ ਮਰਨ ਜਾ ਰਹੀ ਹਾਂ। ਦੋ ਬੁਰਕੀਆਂ ਖਾ ਲਈਆਂ ਤਾਂ ਮਰਨੇ ਆ। ਹਾਂ ਦੋ ਬੁਰਕੀਆਂ ਖਾ ਕੇ ਭੁੱਖ ਬੜੀ ਲੱਗੀ। ਤੂੰ ਮੇਰੇ ਨਾਲ ਮਰੇਂਗੀ? ਤਸਲੀਮ ਨਾਲ ਤੇਰਾ ਵਿਆਹ ਸੀ? ਨਹੀਂ ਨਹੀਂ, ਮਰਨਾ ਨਹੀਂ, ਬਸ ਰੋਟੀ ਖਾ ਕੇ। ਮੇਰਾ ਭਰਾ ਹੈ, ਮੇਰਾ ਭਰਾ ਹੈ, ਬਾਕੀ ਸਾਰੇ ਨੂੰ ਭਰਾ ਕੇ ਮੇਰੇ ਤੁਸੀਂ ਵੀ ਕਹਿ ਕੇ ਵਾਰਾ ਨੂੰ ਹੋ। ਸ਼ਾਦੀ ਕੀਤੀ ਹੈ ਲੇਕਿਨ ਬਾਕੀ ਕੰਮ ਨਹੀਂ ਨਾ ਕੀਤਾ। ਹਾਂ ਫੇਰ ਕੀ ਹੋ ਗਿਆ? ਸ਼ਾਦੀਆਂ ਗਈ ਹੋਈਆਂ ਨੇ। ਉਹਨੇ ਹੱਕ ਮੈਰ ਮੇਰਾ ਕਿੰਨਾ ਲਿਖਵਾਇਆ? ਕਿੰਨਾ? 700। ਇੰਨਾ ਜ਼ਿਆਦਾ? ਉਹ ਮੇਰਾ ਮਤਲਬ ਇੰਨਾ ਥੋੜਾ। ਤੂੰ ਯਾਰ ਮੈਂ ਪਿਆਰ ਕੀਤਾ, ਤੈਨੂੰ ਮੇਰੇ ਪਿਆਰ ਦੀ ਕਦਰ ਕਿਉਂ ਨਹੀਂ ਹੋ ਰਹੀ? ਦਰਅਸਲ ਉਹਨਾਂ ਦਾ ਦੁੱਖ ਨਹੀਂ, ਹੱਕ ਮੈਰ ਦਾ ਬੜਾ ਦੁੱਖ ਹੈ। ਹੱਕ ਮੈਰ ਦਾ ਦੁੱਖ 750 ਰੁਪਇਆ ਕੀ ਹੱਕ ਮੈਰ ਦਾ? 750 ਨਾ ਵਧਾ। 700 ਰੁਪਇਆ
ਦੋਖੇ ਯਾਰ ਦੁੱਖ ਚ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਪਾਪੀ। ਤੂੰ ਆਪਣੇ ਪੱਲੇ ਖਾ ਰਹੀ ਕਿਸੇ ਦੇ ਪੱਲੇ ਖਾ ਰਹੀ? ਨਹੀਂ ਆਪਣੇ ਪੱਲੇ ਮੈਡਮ, ਕੀ ਹੋ ਗਿਆ? ਪੱਲੇ ਪੈਸੇ ਦੇਣੇ ਨਾ ਤਾਂ ਮੈਂ ਕਿਤੇ ਪਲੇਟ ਸਾਫ ਕਰ ਲਈ, ਬਾਅਦ ਚ ਮੇਰੇ ਕੋਲ ਨਾ ਪੈਸੇ ਮੰਗਣ ਲੱਗ ਗਏ। ਤੁਹਾਨੂੰ ਤਾਂ ਖਾਇਆ ਸਾਰਾ ਕੁਝ ਖਾਈ ਨੀ, ਯਕੀਨ ਕਰੋ ਨਾ ਵਿਰਸਾ ਕੰਮ ਕੱਢੀ, ਸਾਰੇ ਪਕੌੜੇ ਉੱਥੇ ਖਾ ਲਈ ਬਹਿ ਕੇ। ਕੈਸੀ ਹੈ ਯਾਰ ਸਾਰਾ ਪਸੀਨਾ ਦੱਸ ਰਿਹਾ ਬੇਟਾ, ਤੁਸੀਂ ਰੋਟੀ ਖਾ ਲੈ ਅਸੀਂ।